ਸ਼ਹਿਰ ਭਵਾਨੀਗੜ੍ਹ ਦੇ ਵਿੱਚ ਜਨਮ ਅਸ਼ਟਮੀ ਦੇ ਤਿਉਹਾਰ ਨੂੰ ਲੈ ਕੇ ਰੌਣਕਾਂ ਨੇ ਜਿਹੜੀਆਂ ਤਾਂ ਸਵੇਰ ਤੋਂ ਹੀ ਸ਼ੁਰੂ ਹੋ ਗਈਆਂ ਨੇ ਤਾਂ ਤਿਆਰੀਆਂ ਵੀ ਹੋ ਰਹੀਆਂ ਨੇ। ਤਸਵੀਰਾਂ ਗਊਸ਼ਾਲਾ ਭਵਾਨੀਗੜ੍ਹ ਦੀਆਂ ਪਹਿਲੀਆਂ ਦਿਖਾ ਰਹੇ ਹਾਂ ਜਿੱਥੇ ਜਨਮ ਅਸ਼ਟਮੀ ਦੇ ਤਿਉਹਾਰ ਨੂੰ ਲੈ ਕੇ ਜਿਹੜੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਤਾਂ ਜਿਹੜਾ ਮੰਦਰਾਂ ਦੇ ਵਿੱਚ ਸਜਾਵਟ ਕੀਤੀ ਹੋਈ ਹੈ ਤਸਵੀਰਾਂ ਨੇ ਜਿਹੜੀਆਂ ਤਾਂ ਇਹ ਗਊਸ਼ਾਲਾ ਦੀਆਂ ਨੇ ਪਹਿਲੀਆਂ ਜਿੱਥੇ ਸਭ ਤੋਂ ਅਨੋਖੇ ਢੰਗ ਦੇ ਨਾਲ ਜਿਹੜੀ ਜਨਮ ਅਸ਼ਟਮੀ ਮਨਾਈ ਜਾਣੀ ਹੈ। ਤੁਹਾਨੂੰ ਦੱਸ ਦੇ ਕਿ ਮਟਕੀ ਫੋੜ ਕੇ ਜਿਹੜੀ ਇੱਥੇ ਜਨਮ ਅਸ਼ਟਮੀ ਮਨਾਈ ਜਾਣੀ ਹੈ। ਦੂਜੀ ਤਸਵੀਰ ਹੈ ਤਾਂ ਜਿਹੜੀ ਸ਼ਿਵ ਮੰਦਰ ਭਵਾਨੀਗੜ੍ਹ ਦੀ ਦਿਖਾ ਰਹੇ ਹਾਂ ਜਿੱਥੇ ਦੁਪਹਿਰ ਤੋਂ ਹੀ ਜਿਹੜਾ ਸ਼ਿਵ ਮੰਦਰ ਵਾਸੀਆਂ ਦੇ ਵੱਲੋਂ ਕਮੇਟੀ ਦੇ ਵੱਲੋਂ ਜਿਹੜਾ ਲੰਗਰ ਦੀ ਸ਼ੁਰੂਆਤ ਕੀਤੀ ਗਈ ਹੈ। ਤਸਵੀਰ ਦੇਖ ਸਕਦੇ ਹੋ ਤਾਂ ਜਿਹੜੀ ਸ਼ਿਵ ਮੰਦਰ ਭਵਾਨੀਗੜ੍ਹ ਦੀ ਤਸਵੀਰ ਦਿਖਾ ਰਹੇ ਹਾਂ। ਸਵੇਰ ਤੋਂ ਹੀ ਲੰਗਰ ਦੀ ਤਿਆਰੀਆਂ ਹੋ ਗਈਆਂ। ਅਸੀਂ ਤਾਂ ਦੇਖ ਸਕਦੇ ਹੋ ਸਵੇਰ ਤੋਂ ਕੜੀ ਚਾਵਲ ਦਾ ਲੰਗਰ ਚੱਲ ਰਿਹਾ ਸੀ ਅਤੇ ਰਾਤ ਨੂੰ ਗੱਲ ਕੀਤੀ ਜਾਵੇ ਟਿੱਕੀਆਂ, ਕੜੀ ਚਾਵਲ, ਠੰਡਾ ਅਤੇ ਆਈਸਕ੍ਰੀਮ ਦਾ ਲੰਗਰ ਆ ਜਿਹੜਾ ਉਹ ਚਲਾਇਆ ਜਾਵੇਗਾ। ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਸ਼ਿਵ ਮੰਦਰ ਕਮੇਟੀ ਦੇ ਵੱਲੋਂ ਸ਼ਹਿਰ ਵਾਸੀਆਂ ਦੇ ਲਈ ਲੰਗਰ ਦਾ ਖਾਸ ਤੌਰ 'ਤੇ ਉਪਰਾਲਾ ਕੀਤਾ ਗਿਆ। ਤਾਂ ਜਿਹੜੇ ਸ਼ਹਿਰ ਵਾਸੀ ਜਿਹੜੇ ਵੀ ਆਉਣ ਤਾਂ ਉਹ ਲੰਗਰ ਛੱਕ ਕੇ ਜਾਣ। ਸ਼ਿਵ ਮੰਦਰ ਭਵਾਨੀਗੜ੍ਹ ਦੇ ਵਿੱਚ 20 ਅਗਸਤ ਤੋਂ ਜਿਹੜੀ ਕਥਾ ਵੀ ਚੱਲ ਰਹੀ ਸੀ ਲਗਾਤਾਰ, ਤਾਂ ਜਿਹੜੇ ਸ਼ਹਿਰ ਵਾਸੀ ਨੇ ਤਾਂ ਉਹ ਕਥਾ ਸੁਣਨ ਦੇ ਲਈ ਵੀ ਆਉਂਦੇ ਸੀ। ਤਾਂ ਤਸਵੀਰ ਦੇਖ ਸਕਦੇ ਹੋ ਤਾਂ ਜਿਹੜਾ ਰੌਣਕਾਂ ਲੱਗੀਆਂ ਪਈਆਂ ਨੇ, ਸੰਗਤਾਂ ਨੇ ਜਿਹੜੀਆਂ ਤਾਂ ਕਥਾ ਸੁਣ ਰਹੀਆਂ ਨੇ। ਸ਼ਿਵ ਮੰਦਰ ਭਵਾਨੀਗੜ੍ਹ ਦੀ ਜਿਹੜੀ ਤਸਵੀਰ ਹੈ ਤਾਂ ਤੁਹਾਡੇ ਨਾਲ ਸਾਂਝੀ ਕਰ ਰਿਹਾ। ਤਾਂ ਹੋਰ ਵੀ ਜਿਹੜੀ ਇਲਾਕੇ ਦੀਆਂ ਤਸਵੀਰਾਂ ਨੇ ਤੁਹਾਨੂੰ ਸ਼ਹਿਰ ਦੀਆਂ ਦਿਖਾਵਾਂਗੇ। ਤਾਂ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਵੀ ਪੂਰਨ ਤੌਰ 'ਤੇ ਮੁਸਤੈਦ ਹੈ। ਤਸਵੀਰਾਂ ਦੇ ਵਿੱਚ ਸਾਹਿਬ ਸਿੰਘ ਟ੍ਰੈਫਿਕ ਇੰਚਾਰਜ ਨੇ ਤਾਂ ਉਹ ਵੀ ਨਜ਼ਰ ਆ ਰਹੇ ਨੇ। ਤਾਂ ਜਿਹੜਾ ਲੋਕਾਂ ਦੀ ਸੁਰੱਖਿਆ ਦੇ ਲਈ ਉਹ ਵੀ ਜਿਹੜਾ ਪੂਰਨ ਤੌਰ 'ਤੇ ਮੁਸਤੈਦ ਨੇ। ਤਾਂ ਤਸਵੀਰਾਂ ਤੁਹਾਨੂੰ ਦੂਸਰੀ ਦਿਖਾਉਂਦੇ ਹਾਂ ਭਵਾਨੀਗੜ੍ਹ ਮੇਨ ਬਾਜ਼ਾਰ ਦੀਆਂ ਜਿੱਥੇ ਬਰਫ਼ ਦੀ ਗੁਫਾ ਬਣਾਈ ਗਈ ਹੈ। ਤਾਂ ਜਿਹੜਾ ਕ੍ਰਿਸ਼ਨ ਭਗਵਾਨ ਦੇ ਦਰਸ਼ਨ ਕਰਨ ਦੇ ਲਈ ਬਰਫ਼ ਦੀ ਗੁਫਾ ਤੋਂ ਤੁਹਾਨੂੰ ਦਰਸ਼ਨ ਕਰਨ ਦੇ ਲਈ ਆਉਣਾ ਪਵੇਗਾ। ਤਾਂ ਤਸਵੀਰਾਂ ਨੇ ਜਿਹੜੀਆਂ ਅਨੋਖੀਆਂ ਦਿਖਾ ਰਿਹਾ ਤੁਹਾਨੂੰ ਭਵਾਨੀਗੜ੍ਹ ਦੀਆਂ, ਤਾਂ ਮੇਨ ਬਾਜ਼ਾਰ ਤੁਹਾਨੂੰ ਦਿਖਾ ਰਿਹਾ ਨਗਰ ਕੌਂਸਲ ਦੀਆਂ, ਤਾਂ ਜਿੱਥੇ ਪੁਰਾਣਾ ਨਗਰ ਕੌਂਸਲ ਦੀ ਤਾਂ ਉੱਥੇ ਦੀ ਤਸਵੀਰ ਹੈ। ਇੱਕ ਹੋਰ ਮੰਦਰ ਦੀ ਤਸਵੀਰ ਦਿਖਾ ਰਿਹਾ ਤੁਹਾਨੂੰ, ਰਾਧਾ ਕ੍ਰਿਸ਼ਨ ਮੰਦਰ ਭਵਾਨੀਗੜ੍ਹ ਦੀ, ਤਾਂ ਉਹ ਵੀ ਜਿਹੜੀ ਸਜਾਵਟ ਹੈ ਤੁਹਾਨੂੰ ਨਜ਼ਰ ਆ ਰਹੀ ਹੈ। ਤਾਂ ਜਿਹੜਾ ਦੇਖ ਸਕਦੇ ਹੋ ਕ੍ਰਿਸ਼ਨ ਭਗਵਾਨ ਜਿਹੜੇ ਨਜ਼ਰ ਆ ਰਹੇ ਨੇ, ਛੋਟੀ ਮੂਰਤੀ ਉਹਨਾਂ ਦੀ ਦੇਖ ਸਕਦੇ ਹੋ। ਤਾਂ ਰਾਧਾ ਕ੍ਰਿਸ਼ਨ ਮੰਦਰ ਦੀ ਤਸਵੀਰ ਦਿਖਾ ਰਿਹਾ, ਤਾਂ ਇੱਥੇ ਵੀ ਜਿਹੜਾ 56 ਭੋਗ ਲੱਗਣਾ, ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਰਾਤ ਨੂੰ 12 ਵਜੇ ਜਿਹੜਾ ਕ੍ਰਿਸ਼ਨ ਭਗਵਾਨ ਨੂੰ ਭੋਗ ਲਗਾਇਆ ਜਾਣਾ, ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ। ਤਾਂ ਹੋਰ ਵੀ ਸ਼ਹਿਰ ਦੇ ਵੱਖ ਵੱਖ ਇਲਾਕੇ ਦੀ ਜਾਣਕਾਰੀ ਦਿੰਦੇ ਰਵਾਂਗੇ। ਤੇ ਇਹਨਾਂ ਮੰਦਰਾਂ ਦੇ ਵਿੱਚ ਇਹ ਤਿਆਰੀਆਂ ਨੇ ਜਿਹੜੀਆਂ ਤਾਂ ਹੋਣਗੀਆਂ। ਤਾਂ ਸ਼ਹਿਰ ਵਾਸੀਆਂ ਨੂੰ ਅਸੀਂ ਵੀ ਅਪੀਲ ਕਰਦੇ ਹਾਂ ਕਿ ਜਿਹੜਾ ਵੱਖ ਵੱਖ ਮੰਦਰਾਂ ਦੇ ਵਿੱਚ ਰਾਤ ਨੂੰ 12 ਵਜੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਜਾਣਾ, ਤੁਸੀਂ ਵੀ ਮੰਦਰਾਂ ਦੇ ਵਿੱਚ ਪਹੁੰਚ ਕੇ ਕ੍ਰਿਸ਼ਨ ਭਗਵਾਨ ਦਾ ਜਿਹੜਾ ਆਸ਼ੀਰਵਾਦ ਲਓ। ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਰਜਿੰਦਰ ਸਿੰਘ ਦਾ ਮੰਦਰ ਦੇ ਬਾਹਰ ਤੈਨਾਤ ਨੇ, ਤਾਂ ਵੱਖ ਵੱਖ ਮੰਦਰਾਂ ਦੇ ਵਿੱਚ ਵੀ ਜਿਹੜਾ ਪੁਲਿਸ ਪ੍ਰਸ਼ਾਸਨ ਪੂਰਨ ਤੌਰ 'ਤੇ ਮੁਸਤੈਦ ਹੈ। ਤਾਂ ਤੁਹਾਨੂੰ ਉੱਥੇ ਲੈ ਚੱਲਦੇ ਆ ਮੰਦਰਾਂ ਦੇ ਵਿੱਚ ਕੀ ਰੌਣਕਾਂ ਲੱਗਣੀਆਂ ਨੇ ਤੇ ਕਿਹੜੇ ਕਿਹੜੇ ਪਕਵਾਨ ਨੇ ਜਿਹੜੇ ਤੁਹਾਡੇ ਨਾਲ ਸਾਂਝੇ ਹੋਣੇ ਨੇ। ਮੇਰਾ ਨਾਮ ਹਰਸ਼ਿਤਾ ਸ਼ਰਮਾ। ਮੇਰਾ ਨਾਮ ਸੀਰਤ ਸ਼ਰਮਾ। ਸਾਨੂੰ ਬਹੁਤ ਵਧੀਆ ਲੱਗਿਆ, ਇੱਥੇ ਤਰ੍ਹਾਂ ਤਰ੍ਹਾਂ ਦੀਆਂ ਝਾਕੀਆਂ ਨਿਕਲਦੀਆਂ, ਅਸੀਂ ਸਾਨੂੰ ਬਹੁਤ ਵਧੀਆ ਲੱਗਦੀ ਹੈ। ਹਾਂਜੀ, ਸਾਰਿਆਂ ਨੂੰ ਮੁਬਾਰਕਾਂ ਦੇਣਾ ਚਾਹੋਗੇ? ਹਾਂਜੀ, ਹੈਪੀ ਜਨਮਾਸ਼ਟਮੀ। ਮੇਰਾ ਨਾਮ ਹਰਿੰਦਰ ਕੁਮਾਰ ਨੀਟਾ ਜੀ। ਕ੍ਰਿਸ਼ਨ ਜਨਮ ਅਸ਼ਟਮੀ ਜੀ ਅਸੀਂ ਪਿਛਲੇ ਬਹੁਤ ਸਾਲਾਂ ਤੋਂ ਮਨਾਉਂਦੇ ਆ ਰਹੇ ਹਾਂ ਲਗਾਤਾਰ। ਸਾਡਾ ਇਸ ਵਾਰ 87ਵਾਂ ਸਪਤਾਹ ਹੈ ਸ਼੍ਰੀਮਦ ਭਾਗਵਤ ਪੁਰਾਣ ਦਾ, ਅਤੇ ਪਿਛਲੇ 7 ਦਿਨਾਂ ਤੋਂ ਸਪਤਾਹ ਯੱਗ ਚੱਲ ਰਹੇ ਨੇ ਜੀ। ਵਰਿੰਦਾਵਨ ਤੋਂ ਪੰਡਿਤ ਜੀ ਸੱਤਿਆ ਮੋਹਨ ਪਰਾਸ਼ਰ ਜੀ ਨੇ ਉਹ ਸਪਤਾਹ ਕਰ ਰਹੇ ਨੇ ਜੀ, ਅਤੇ ਅੱਜ ਸਵੇਰ ਤੋਂ ਹੀ ਪ੍ਰੋਗਰਾਮ ਚੱਲ ਰਿਹਾ ਜੀ। ਹੁਣ ਸਟਾਲਾਂ 'ਚ ਲੱਗਣੀਆਂ ਕੜੀ ਚਾਵਲ ਦੀ, ਟਿੱਕੀ ਦੀ, ਜਲ ਜੀਰੇ ਦੀ ਅਤੇ ਆਈਸਕ੍ਰੀਮ ਦੀ। ਇਹ ਸਾਰੇ ਮਤਲਬ ਸਹਿਯੋਗੀ ਸੱਜਣਾਂ ਦੇ ਸਹਿਯੋਗ ਨਾਲ ਲਾ ਰਹੇ ਹਾਂ ਜੀ ਇਹ, ਅਤੇ ਕੱਲ੍ਹ ਨੂੰ ਸਵੇਰੇ 9 ਵਜੇ ਹਵਨ ਹੋਣਗੇ ਜੀ।
ਉਸ ਤੋਂ ਬਾਅਦ 12 ਵਜੇ ਦੇ ਕਰੀਬ ਭੋਗ ਪੈਣਗੇ ਜੀ। ਭੋਗ ਤੋਂ ਬਾਅਦ ਫਿਰ ਪੂਰੀਆਂ ਛੋਲੇ ਅਤੇ ਪ੍ਰਸ਼ਾਦ ਦਾ ਟੁੱਟ ਲੰਗਰ ਵਰਤਾਇਆ ਜਾਊਗਾ। 12 ਵਜੇ ਆਰਤੀ ਕਰਕੇ 56 ਭੋਗ ਲਾਵਾਂਗੇ ਜੀ ਕ੍ਰਿਸ਼ਨ ਭਗਵਾਨ ਜੀ ਨੂੰ। ਫਿਰ ਉਹ ਜਿਹੜੀ ਪਬਲਿਕ ਆਊਗੀ ਉਹਦੇ ਵਿੱਚ ਵੰਡਿਆ ਜਾਊਗਾ ਜੀ, ਅਤੇ ਉਸ ਤੋਂ ਬਾਅਦ ਸਵੇਰੇ ਫਿਰ ਪ੍ਰੋਗਰਾਮ ਚੱਲੂਗਾ। ਅੱਜ ਅਸ਼ਟਮੀ 'ਤੇ 8 ਵਜੇ ਤੋਂ ਲੈ ਕੇ 12 ਵਜੇ ਤੱਕ ਬਹੁਤ ਹੀ ਸੁੰਦਰ ਸੁੰਦਰ ਝਾਕੀਆਂ ਵਰਿੰਦਾਵਨ ਤੋਂ ਦਿਖਾਉਣਗੇ ਪੰਡਿਤ ਜੀ ਮਹਾਰਾਜ, ਔਰ ਸੁਨੈਣਾ ਦੀਦੀ ਜੀ ਪਟਿਆਲੇ ਤੋਂ ਆਉਣਗੇ। ਉਹ ਆਪਣੇ ਮੁਖਾਰ ਵਿੰਸੇ ਬਹੁਤ ਹੀ ਸੁੰਦਰ ਸੁੰਦਰ ਭਜਨ ਸੁਣਾਉਣਗੇ। ਅਤੇ ਮੈਂ ਅਸ਼ੋਕ ਕੁਮਾਰ, ਸ਼੍ਰੀ ਪ੍ਰਾਚੀਨ ਸ਼ਿਵ ਮੰਦਰ ਕਮੇਟੀ ਵੱਲੋਂ ਸਾਰੇ ਨਗਰ ਨਿਵਾਸੀਆਂ ਨੂੰ ਸ਼੍ਰੀ ਕ੍ਰਿਸ਼ਨ ਜਨਮ 'ਤੇ ਦਿਹਾੜੇ 'ਤੇ ਬਹੁਤ ਬਹੁਤ ਵਧਾਈਆਂ ਦਿੰਦਾ। ਧੰਨਵਾਦ ਰਜੇਸ਼ ਕੁਮਾਰ ਜੀ। ਜਨਮ ਅਸ਼ਟਮੀ ਨੂੰ ਲੈ ਕੇ ਜੀ 3-4 ਤਾਂ ਸਾਡੇ ਇੱਥੇ ਲੰਗਰ ਚੱਲਣਗੇ ਜੀ, ਅਤੇ ਇੱਕ ਅਸੀਂ ਵਿਸ਼ੇਸ਼ ਧੰਨਵਾਦੀ ਹੈ ਬ੍ਰਾਹਮਣ ਸਭਾ ਦੇ ਜੀ, ਜੋ ਸਾਡੇ ਨਾਲ ਸਹਿਯੋਗ ਦਿੰਦੇ ਨੇ ਅਤੇ ਉਹਨਾਂ ਵੱਲੋਂ ਲੰਗਰ ਦੀ ਸੇਵਾ ਕਰੀ ਜਾ ਰਹੀ ਹੈ, ਅਤੇ ਬਾਕੀ ਸਾਡੇ ਅਮਰੀਕਾ ਤੋਂ ਨੇ ਬੰਦੇ, ਉਹਨਾਂ ਨੇ ਲੰਗਰ ਦੀ ਸੇਵਾ ਕਰੀ ਹੈ, ਅਤੇ ਇੱਕ ਕੌਸ਼ਲਿਆ ਹੋਸਪਿਟਲ ਵਾਲੇ ਨੇ, ਉਹਨਾਂ ਨੇ ਸਾਨੂੰ ਲੰਗਰ ਦੀ ਸੇਵਾ ਕਰੀ ਹੈ ਜੀ। ਅਸੀਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ, ਅਤੇ ਮੰਦਰ ਦੇ ਵਿੱਚ ਸਾਰੇ ਅਰੇਂਜਮੈਂਟ ਪੂਰੇ ਨੇ ਜੀ, ਅਤੇ ਪੁਲਿਸ ਪ੍ਰਸ਼ਾਸਨ ਦਾ ਵੀ ਬਹੁਤ ਧੰਨਵਾਦ ਹੈ ਜੀ, ਉਹ ਆਪਣੀ ਡਿਊਟੀ ਵਧੀਆ ਤਰੀਕੇ ਨਾਲ ਕਰ ਰਹੇ ਨੇ। ਹਾਂਜੀ, ਰਾਤ ਨੂੰ 56 ਭੋਗ ਵੀ ਲੱਗਣਗੇ ਜੀ, ਅਤੇ ਕੀਰਤਨ ਵੀ ਚੱਲੂਗਾ ਜੀ। ਸ਼ਹਿਰ ਨਿਵਾਸੀਆਂ ਦਾ, ਸਾਰੇ ਸ਼ਹਿਰ ਦਾ ਪੂਰਾ ਸਹਿਯੋਗ ਹੁੰਦਾ ਜੀ। ਪ੍ਰਾਚੀਨ ਮੰਦਰ ਹੈ ਜੀ, ਇੱਥੇ ਲੋਕ ਬਦਲ ਕੇ ਸਵੇਰ ਤੋਂ ਹੀ ਆ ਰਹੇ ਨੇ, ਮੱਥਾ ਟੇਕ ਕੇ ਜਾ ਰਹੇ ਨੇ। ਮੇਰਾ ਨਾਮ ਮਨੀਸ਼ ਕਰਦਾ ਜੀ। ਕਿਸ ਤਰੀਕੇ ਦੇਖਦੇ ਹੋ ਜਨਮ ਅਸ਼ਟਮੀ ਲੈ ਕੇ ਗਊਸ਼ਾਲਾ ਦੇ ਵਿੱਚ ਕੀ ਤਿਆਰੀਆਂ ਨੇ? ਜਨਮ ਅਸ਼ਟਮੀ ਦੇ ਸੰਬੰਧ ਸਾਡੀਆਂ ਬਹੁਤ ਵਧੀਆ ਤਿਆਰੀਆਂ ਨੇ ਜੀ, ਬਹੁਤ ਵਧੀਆ। ਸਾਰੇ ਬਾਜ਼ਾਰ ਨੂੰ, ਸਾਰੀ ਗਊਸ਼ਾਲਾ ਨੂੰ ਪੂਰਾ ਐਨ ਦੁਲਹਨ ਦੀ ਤਰ੍ਹਾਂ ਸਜਾਇਆ ਹੋਇਆ, ਅਤੇ ਪੂਰੀ ਡੈਕੋਰੇਸ਼ਨ ਕਰੀ ਹੋਈ ਹੈ। 8 ਵਜੇ ਤੋਂ ਸਾਡਾ ਇਹ ਪ੍ਰੋਗਰਾਮ ਸ਼ੁਰੂ ਹੋਊਗਾ, ਝਾਕੀਆਂ ਦਿਖਾਈ ਜਾਣਗੇ ਸ਼੍ਰੀ ਕ੍ਰਿਸ਼ਨ ਜੀ ਦੇ ਬਾਲ ਰੂਪ ਦੀਆਂ, ਅਤੇ ਉਹਨਾਂ ਦੀਆਂ ਮਤਲਬ ਸਾਰੀ ਜ਼ਿੰਦਗੀ ਦੀਆਂ ਜਿਹੜੀਆਂ ਵੀ ਝਾਕੀਆਂ ਨੇ ਸਾਰੀਆਂ ਉਹ ਦਿਖਾਈਆਂ ਜਾਣਗੀਆਂ। ਉਸ ਤੋਂ ਬਾਅਦ ਜੋ ਸਾਡੇ ਆਪਣੇ ਇੱਕ ਰਿਵਾਜ਼ ਹੈ ਕਿ ਆਪਾਂ 12 ਵਜੇ ਜਦੋਂ ਜਨਮ ਹੁੰਦਾ ਸ਼੍ਰੀ ਕ੍ਰਿਸ਼ਨ ਜੀ ਦਾ, ਉਦੋਂ ਆਪਾਂ ਕੇਕ ਕੱਟਦੇ ਹਾਂ। ਉਹ ਕੇਕ ਵਾਲਾ ਰਿਵਾਜ਼ ਸਾਨੂੰ ਬੁਰਾ ਲੱਗਿਆ ਕਿਉਂਕਿ ਉਹ ਪੱਛਮੀ ਸੱਭਿਅਤਾ ਨਾਲ ਰਿਲੇਟਡ ਹੈ। ਅਸੀਂ ਉਹ 12 ਵਜੇ ਮਟਕੀ ਫੋੜਨ ਦਾ ਪ੍ਰੋਗਰਾਮ ਕਰਿਆ ਕਰਾਂਗੇ। ਪਿਛਲੇ ਸਾਲ ਵੀ ਕਰਿਆ ਸੀ ਅਤੇ ਸਾਨੂੰ ਬਹੁਤ ਵਧੀਆ ਸ਼ਹਿਰ ਵੱਲ ਹੰਗਾਰਾ ਸੀ, ਅਤੇ ਇਸ ਵਾਰ ਵੀ ਅਸੀਂ ਉਹੀ 12 ਵਜੇ ਮਟਕੀ ਫੋੜਾਂਗੇ। ਪੂਰੀਆਂ ਤਿਆਰੀਆਂ ਨੇ ਬਿਲਕੁਲ ਸਰ। ਕ੍ਰਿਸ਼ਨ ਕੁਮਾਰ ਜੀ, ਸਾਡੇ ਫੁੱਲ ਤਿਆਰੀਆਂ ਨੇ, ਚੱਲ ਰਹੀਆਂ ਨੇ ਜ਼ੋਰਾਂ ਸ਼ੋਰਾਂ 'ਤੇ ਤਿਆਰੀਆਂ। ਇਸ ਵਾਰ ਅਸੀਂ ਬਰਫ ਵਾਲੀ ਗੁਫਾ ਬਣਾ ਰਹੇ ਹਾਂ ਜੀ। ਧੂਮ ਧੜਕੇ ਨਾਲ ਮਨਾਈ ਜਾਊਗੀ ਜਨਮ ਅਸ਼ਟਮੀ। 12 ਵਜੇ ਕੇਕ ਕੱਟ ਕੇ ਕ੍ਰਿਸ਼ਨ ਜੀ ਦਾ ਬਰਥਡੇ ਮਨਾਵਾਂਗੇ ਜੀ, ਧੂਮ ਧਾਮ ਨਾਲ। ਇਹ ਅਸੀਂ ਆਪਣੇ ਮਹੱਲੇ ਵਾਲੇ ਹੀ ਕਰਦੇ ਹਾਂ ਜੀ, ਸਹਿਯੋਗ ਨਾਲ। ਜਿੰਨੇ ਵੀ ਸਾਡੇ ਮਹੱਲੇ ਵਾਲੇ ਨੇਗੇ ਉਹਨਾਂ ਦੇ ਸਹਿਯੋਗ ਨਾਲ ਅਸੀਂ ਆਏ ਸਾਲ ਜਨਮ ਅਸ਼ਟਮੀ ਦਾ ਦਿਹਾੜਾ ਮਨਾਉਂਦੇ ਹਾਂ ਬਹੁਤ ਧੂਮ ਧਾਮ ਨਾਲ। ਇਹ ਜਗ੍ਹਾ ਆਪਣੀ ਪੁਰਾਣੀ ਕਮੇਟੀ ਹੈ ਜੀ, ਨੇੜੇ ਕਾਰ ਪਾਰਕਿੰਗ ਤ੍ਰਿਵੇਣੀ ਚੌਂਕ ਜੀ। ਹਾਂਜੀ, ਸਾਰੇ ਸ਼ਹਿਰ ਨਿਵਾਸੀ ਇੱਥੇ ਵਧੀਆ ਮੇਲੇ ਵਾਂਗੂ ਭਰਦਾ ਜੀ, ਵਧੀਆ ਇਕੱਠ ਹੁੰਦਾ ਵਾ ਇੱਥੇ, ਅਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ, ਨਗਰ ਨਿਵਾਸੀਆਂ ਨੂੰ ਕ੍ਰਿਸ਼ਨ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦੀਆਂ ਜੀ।